ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਹੋ ਮੈਂ ਰਾਹੁਲ ਕਾਲਾ ਹੈਡਲਾਈਨਸ ਲੈ ਕੇ ਹਾਜ਼ਰ ਹੋਇਆ ਨਜ਼ਰ ਮਾਰਾਂਗੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਤੇ ਪੀਤਾ ਨਿੰਮ ਦੇ ਰੁੱਖ ਦੀ ਤਰ੍ਹਾਂ ਹੈ ਜਿਸਦੇ ਪੱਤੇ ਭਾਵੇਂ ਕੌੜੇ ਨੇ ਪਰ ਛਾਂ ਹਮੇਸ਼ਾ ਸੰਗ ਨਹੀਂ ਰਹਿੰਦੀ ਹੈ ਹੁਣ ਨਜ਼ਰ ਮਾਰਾਂਗੇ ਹੈਡਲਾਈਨਸ ਤੇ ਪੰਜਾਬ ਚ ਸੰਗਣੀ ਧੁੰਦ ਸ਼ੀਤ ਲਹਿਰ ਦਾ ਅਲਰਟ ਅੰਮ੍ਰਿਤਸਰ ਦੇ ਵਿੱਚ ਵਿਜ਼ਿਬਿਲਟੀ 50 ਮੀਟਰ ਤੋਂ ਘੱਟ ਰੇਲ ਹਵਾਈ ਆਵਾਜਾਈ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਅੰਮ੍ਰਿਤਸਰ ਤੋਂ ਦੋ ਅੰਤਰਰਾਸ਼ਟਰੀ ਟ੍ਰੇਨਾਂ ਵੀ ਹੋਈਆਂ ਲੇਟ ਬਰਨਾਲਾ ਦੇ ਵਿੱਚ 18 ਕਿਸਾਨ ਜਿੱਥੇ ਬੰਦੀਆਂ ਦੀ ਮਹਾਪੰਚਾਇਤ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਦੀਆਂ ਤਿਆਰੀਆਂ ਕੀਤੀਆਂ ਪੂਰੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਜਾਣਗੀਆਂ ਮੰਗਾਂ ਮਨਾਉਣ ਦੇ ਲਈ ਕੇਂਦਰ ਖਿਲਾਫ ਲਗਾ ਜਾਵੇਗਾ ਤਰਨਾ ਸੁਨੀਲ ਜਾਖੜ ਤੇ ਭੜਕੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਡਿਪਟੀ ਸੀਐਮ ਨੇ ਕਿਹਾ ਕਾਂਗਰਸ ਛੱਡੋ ਆਪਣੇ ਕੰਮ ਤੇ ਧਿਆਨ ਦਿਓ ਜਾਖੜ ਨੇ ਸੁਪਾਲ ਸਿੰਘ ਖੈਰਾ ਦੀ ਗ੍ਰਿਫਤਾਰੀ ਤੇ ਕੱਸਿਆ ਸੀ ਤੰਜ ਕਿਹਾ ਸੀ ਖੈਰਾ ਨੂੰ ਕਾਂਗਰਸ ਨੇ ਖੈਰਾ ਦੀ ਕਾਂਗਰਸ ਨੇ ਦਿੱਤੀ ਹੈ ਬਲੀ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਗਠਜੋੜ ਚ ਖੈਰਾ ਬਣ ਸਕਦੇ ਸੀ ਅੜੀਕਾ ਹਫਤੇ ਚ ਇੱਕ ਵਾਰ ਲੋਕਾਂ ਨੂੰ ਮਿਲਣਗੇ ਨਵਜੋਤ ਸਿੰਘ ਸਿੱਧੂ ਟਵੀਟ ਕਰਕੇ ਦਿੱਤੀ ਜਾਣਕਾਰੀ ਕਿਹਾ ਪਤਨੀ ਦੇ ਠੀਕ ਹੋਣ ਤੋਂ ਬਾਅਦ ਅੰਮ੍ਰਿਤਸਰ ਤੇ ਪਟਿਆਲਾ ਦੇ ਵਿੱਚ ਵੀ ਮੀਟਿੰਗਾਂ ਸ਼ੁਰੂ ਕਰਾਂਗਾ। ਮੋਹਾਲੀ ਦੇ ਜੰਗਲਾਂ ਦੇ ਵਿੱਚ ਚਲਾਇਆ ਜਾ ਰਿਹਾ ਸੀ ਮਦਰੱਸਾ ਐਨ ਸੀ ਪੀ ਸੀ ਆਰ ਟੀਮ ਨੇ ਕੀਤੀ ਛਾਪੇਮਾਰੀ ਪੰਜਵੀਂ ਪਾਸ ਮੌਲਾਨਾ ਪੜਾਉਂਦਾ ਸੀ ਸਿੱਖਿਆ ਛਾਪੇਮਾਰੀ ਤੋਂ ਬਾਅਦ ਟੀਮ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੇਵਾਂਗੇ ਨੋਟਿਸ। ਪੰਜਾਬ 'ਚ ਚਾਈਨਾ ਡੋਰ ਤੇ ਪਵੰਦੀ ਦਾ ਲਗਾਤਾਰ ਹੋ ਰਿਹਾ ਬਾਈਕਾਟ ਗਲੀਆਂ ਗਲੀਆਂ ਦੇ ਵਿੱਚ ਕੀਤੀ ਜਾ ਰਹੀ ਅਨਾਊਂਸਮੈਂਟ। ਸੋਚਣਾ ਮਿਲਣ ਤੇ ਪੁਲਿਸ ਕਰੇਗੀ ਕਾਰਵਾਈ ਕਤਲ ਦੀ ਧਾਰਾ ਦੇ ਤਹਿਤ ਕੇਸ ਹੋਵੇਗਾ ਦਰਜ ਅੰਮ੍ਰਿਤਸਰ ਦੇ ਵਿੱਚ ਚਾਈਨਾ ਡੋਰ ਦੇ ਨਾਲ ਕਟਿਆ ਗਿਆ ਨੌਜਵਾਨ ਦਾ ਗਲਾ 10 ਟਾਂਕੇ ਲਗਾਏ ਪਿਤਾ ਨੇ ਲੋਕਾਂ ਤੇ ਪ੍ਰਸ਼ਾਸਨ ਨੂੰ ਕੀਤੀ ਅਪੀਲ ਕਿਹਾ ਨਾ ਖੇਡੋ ਅਜੇ ਹੀ ਮੌਤ ਦੀ ਖੇਡ ਅੰਮ੍ਰਿਤਸਰ ਦੇ ਵਿੱਚ ਬੀਐਸਐਫ ਨੇ 3 ਕਿਲੋ 210 ਗ੍ਰਾਮ ਹੈਰੋਇਨ ਕੀਤੀ ਜ਼ਬਤ ਰੋनाल्डੋ ਦੀ ਫੋਟੋ ਵਾਲੇ ਬੈਗ ਦੇ ਵਿੱਚੋਂ ਮਿਲੀ ਪਾਕਿਸਤਾਨ ਰਾਹੀਂ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਸੁੱਟੀ ਗਈ ਸੀ ਇੱਕ ਏਕੀਪ ਕਪੂਰਥਲਾ ਚ ਦਾਜ ਦੇ ਝੂਠੇ ਕੇਸ ਦੇ ਵਿੱਚ ਫਸਾਇਆ ਲੜਕੀ ਦਾ ਪਿਤਾ ਪੁਲਿਸ ਨੇ ਕੀਤਾ ਗ੍ਰਿਫਤਾਰ ਦੋ ਔਰਤਾਂ ਸਮੇਤ ਚਾਰ ਦੇ ਖਿਲਾਫ ਐਫ ਆਈ ਆਰ ਲੁਧਿਆਣਾ ਕਾਰਪੋਰੇਸ਼ਨ ਦੇ ਇੰਸਪੈਕਟਰ ਸਮੇਤ ਸੱਤ ਖਿਲਾਫ ਐਫ ਆਈ ਆਰ ਦਰਜ 1 ਕਰੋੜ 75 ਲੱਖ ਦੇ ਗਵਨ ਦੇ ਵਿੱਚ ਹੋਏ ਨਾਮਜ਼ਦ ਸੱਤ ਮੁਲਾਜ਼ਮ ਵੀ ਸਸਪੈਂਡ 12 ਹੋਰਾਂ ਨੂੰ ਨੋਟਿਸ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਮਾਰਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਕੀਤਾ ਜਾ ਰਿਹਾ ਲਾਮਬੰਦ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਪੰਜਾਬ ਦੇ ਹਾਲਾਤ ਹੋ ਚੁੱਕੇ ਨੇ ਬੇਹਾਲ। ਸੰਗਰੂਰ ਦੇ ਵਿੱਚ ਹਿੱਟ ਐਂਡ ਰਨ ਕਾਨੂੰਨ ਦੇ ਖਿਲਾਫ ਮੁਜ਼ਾਹਰਾ ਟਰੱਕ ਡਰਾਈਵਰਾਂ ਵੱਲੋਂ ਬੀਤੇ ਦਿਨ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਕੀਤਾ ਗਿਆ ਸੀ ਜਾਮ ਅੰਮ੍ਰਿਤਸਰ ਤੇ ਪੰਡਾਰੀ ਪੋਲ ਤੇ ਵੀ ਹੋਇਆ ਰੋਸ ਪ੍ਰਦਰਸ਼ਨ। ਪਾਣੀਆਂ ਸਨੇ ਵਕ ਵਕ ਮੁੱਦਿਆਂ ਤੇ ਧਰਨਾ ਲਗਾਉਣ ਦੇ ਲਈ ਕਿਸਾਨ ਜਥੇਬੰਦੀਆਂ ਤਿਆਰ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਜੇਕਰ 18 ਜਨਵਰੀ ਨੂੰ ਚੰਡੀਗੜ੍ਹ ਆਉਣ ਤੋਂ ਰੋਕਿਆ ਤਾਂ ਉਸੇ ਹੀ ਥਾਂ ਤੇ ਲਗਾ ਦੇਵਾਂਗੇ ਪੱਕਾ ਮੋਰਚਾ ਗਾਇਕ ਸਤਵਿੰਦਰ ਸਿੰਘ ਬੁੱਗਾ ਦਾ ਆਪਣੇ ਭਰਾ ਦੇ ਨਾਲ ਜ਼ਮੀਨੀ ਵਿਵਾਦ ਦਾ ਮਾਮਲਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਸਤਵਿੰਦਰ ਬੁੱਗਾ ਦੀ ਪਰਚਾਈ ਦਾ ਹੋਇਆ ਪੋਸਟਮਾਰਟਮ ਖੇਲੂ ਝਗੜੇ ਦੇ ਦੌਰਾਨ ਹੋਈ ਸੀ ਮੌਤ ਸ਼੍ਰੋਮਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸੰਬੰਧੀ ਵੋਟਰਾਂ ਦੀ ਉਮਰ 18 ਸਾਲ ਕਰਨ ਦੀ ਮੰਗ ਪੰਜਾਬ ਹਾਈ ਕੋਰਟ ਦੇ ਵਿੱਚ ਜਨਤਕ ਪਟੀਸ਼ਨ ਦਾਖਲ 14 ਜਨਵਰੀ ਤੋਂ ਸ਼ੁਰੂ ਹੋਵੇਗੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆ ਯਾਤਰਾ ਮਨੀਪੁਰ ਤੋਂ ਸ਼ੁਰੂ ਹੋ ਕੇ ਮੁੰਬਈ 'ਚ ਹੋਵੇਗੀ ਖਤਮ ਪ੍ਰਧਾਨ ਮਲਕ ਅਰਜਨ ਖੜਗੇ ਨੇ ਪੋਸਟਰ ਕੀਤਾ ਜਾਰੀ ਲਾਰੈਂਸ ਗੈਂਗ ਦਾ ਸ਼ਾਰਪ ਸ਼ੂਟਰ ਪ੍ਰਦੀਪ ਗ੍ਰਿਫਤਾਰ ਸਪੈਸ਼ਲ ਸਲ ਨੇ ਦਿੱਲੀ ਤੋਂ ਆਟੋਮੈਟਿਕ ਹਥਿਆਰਾਂ ਸਮੇਤ ਫੜਿਆ ਕਾਲਾ ਰਾਣਾ ਨਾਲ ਵੀ ਇਸਦੇ ਸਬੰਧ ਕਰਨਾਲ ਦੇ ਵਿੱਚ ਪੁਲਿਸ ਮੁਲਾਜ਼ਮ ਦੀ ਪਤਨੀ ਨੇ ਰਿਸ਼ਤੇਦਾਰ ਦੇ ਨਾਲ ਕੀਤੀ ਠੱਗੀ ਆਰਪੀਐਫ ਦੇ ਵਿੱਚ ਨੌਕਰੀ ਦਿਵਾਉਣ ਦੇ ਲਈ ਲਏ 198000 ਰੁਪਏ ਸੀਸੀਟੀਵੀ ਦੇ ਵਿੱਚ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਔਰਤ ਹੋਈ ਗ੍ਰਿਫਤਾਰ ਜੂਨੀਅਰ ਮਹਿਲਾ ਕੋਚ ਜੀਨਸੀ ਸੋਸ਼ਲ ਮਾਮਲਾ ਮੰਤਰੀ ਸੰਦੀਪ ਸਿੰਘ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਹੋਈ ਪੇਸ਼ ਕੇਸ ਦੀ ਰੋਜ਼ਾਨਾ ਸੁਣਵਾਈ ਦੀ ਹੋਈ ਮੰਗ ਅਗਲੀ ਤਰੀਕ 3 ਫਰਵਰੀ ਨੂੰ ਹੋਵੇਗੀ ਸੁਣਵਾਈ ਸੋਲਰ ਮਿਸ਼ਨ ਅਦਿੱਤਿਆ L1 ਲਾਗ ਰੇਂਜ ਪੁਆਇੰਟ ਤੇ ਪਹੁੰਚਿਆ ਯਾਤਰਾ 126 ਦਿਨਾਂ ਤੱਕ ਚੱਲੀ ਹੁਣ ਧਰਤੀ ਤੋਂ 15 ਲੱਖ ਕਿਲੋਮੀਟਰ ਦੀ ਦੂਰੀ ਤੇ ਹੈ 5 ਸਾਲ ਤੱਕ ਸੂਰਜ ਦਾ ਕਰੇਗਾ ਅਧਿਐਨ ਸਰਕਾਰ ਨੇ ਫਾਰਮਾਸੂਟੀਕਲ ਕੰਪਨੀਆਂ ਦੇ ਲਈ ਨਵੇਂ ਨਿਰਮਾਣ ਮਾਪਦੰਡ ਕੀਤੇ ਤੈ ਇਸ ਸਾਲ ਤੋਂ ਹੋਣਗੇ ਲਾਗੂ ਭਾਰਤੀ ਦਵਾਈਆਂ ਦੇ ਕਾਰਨ ਵਿਦੇਸ਼ਾਂ ਦੇ ਵਿੱਚ ਹੋਈਆਂ ਮੌਤਾਂ ਤੋਂ ਬਾਅਦ ਲਿਆ ਗਿਆ ਫੈਸਲਾ ਅਮਰੀਕਾ ਦੇ ਵਿੱਚ ਅਲਾਸਕਾ 에ਅਰਲਾਈਨਸ ਦੇ ਜਹਾਜ਼ ਦੇ ਨਾਲ ਵੱਡਾ ਹਾਸਾ ਹੋਣ ਤੋਂ ਟਲਿਆ 16000 ਫੁੱਟ ਦੀ ਉਚਾਈ ਤੇ ਟੁੱਟੀ ਖਿੜਕੀ ਹਵਾ ਦੇ ਵਿੱਚ ਉੱਡੀ ਪੋਰਟਲੈਂਡ ਤੋਂ ਕੈਲੀਫੋਰਨੀਆ ਜਾ ਰਿਹਾ ਸੀ 30 ਮਿੰਟਾਂ ਬਾਅਦ ਕਰਵਾਈ ਐਮਰਜੈਂਸੀ ਲੈਂਡਿੰਗ ਬੰਗਲਾਦੇਸ਼ ਦੇ ਵਿੱਚ ਅੱਜ ਆਮਚੋਨਾ 2 ਦਿਨ ਪਹਿਲਾਂ ਵਾਪਰੀ ਹਿੰਸਾ ਸ਼ਰਾਬਤੀ ਅੰਸਰਾਂ ਨੇ ਟ੍ਰੇਨਾਂ ਨੂੰ ਲਗਾਈ ਅੱਗ 5 ਦੀ ਹੋਈ ਮੌਤ ਵਿਰੋਧੀ ਧਿਰ ਨੇ ਚੋਣਾਂ ਦਾ ਕੀਤਾ ਹੋਇਆ ਬਾਈਕਾਟ ਬੀਤੇ ਦਿਨ ਵੀ 5 ਸਕੂਲਾਂ ਨੂੰ ਲਗਾਈ ਗਈ ਸੀ ਅੱਗ ਹੈਡਲਾਈਨਸ ਦੇ ਵਿੱਚ ਇਨਾ ਹੀ ਮੰਨਦੋ ਇਜਾਜ਼ਤ ਧੰਨਵਾਦ